Manjit, do GHPS follow Sikh Maryada? If they do so, then why do they make it stand in the assembly while reciting the Shabad or having the Hukamnama? Today, according to you, Maryada, the Hisab Nal Theek Hai? ਬੱਚਿਆਂ ਦਾ ਇਹ ਸਵਾਲ ਹੈ ਕਿ ਅਸੈਂਬਲੀ ਦੇ ਵਿੱਚ ਖੜੇ ਕਿਉਂ ਹੁੰਦੇ ਨੇ ਹੁਣ ਕਿਸੇ ਸਕੂਲ ਦੇ ਵਿੱਚ 1000 ਬੱਚਾ ਹੈ ਕਿਸੇ 'ਚ 3500 ਬੱਚਾ 4000 ਬੱਚਾ ਹੈ ਐਸੇ ਵੱਡੇ ਹਾਲ ਨਹੀਂ ਨੇ ਸਕੂਲਾਂ ਕੋਲ ਕਿ ਉਹ ਬੱਚਿਆਂ ਨੂੰ ਅੰਦਰ ਬਿਠਾਇਆ ਜਾਵੇ ਉਹ ਬੱਚੇ ਗਰਾਊਂਡ ਦੇ ਵਿੱਚ ਜਾਂ ਓਪਨ ਉਹਨਾਂ ਕੋਲ ਜਿਹੜਾ ਵੀ ਖੁੱਲ੍ਹਾ ਜਗ੍ਹਾ ਹੈਗੀ ਹੈ ਉੱਥੇ ਖੜੇ ਹੋ ਕੇ ਅਸੈਂਬਲੀ 'ਚ ਪਾਰਟ ਲੈਂਦੇ ਨੇ ਦੂਜੀ ਗੱਲ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਤਾਂ ਮਰਿਆਦਾ ਹੈ ਕਿ ਜਿਹੜੇ ਸ਼ਬਦ ਪੜ੍ਹ ਰਹੇ ਨੇ ਉਹ ਵੀ ਬੈਠੇ ਹੋਣ ਔਰ ਸੰਗਤ ਵੀ ਚੌਕੜੀ ਮਾਰ ਕੇ ਬੈਠੀ ਹੋਵੇ ਅਸੈਂਬਲੀ ਦੇ ਵਿੱਚ ਪ੍ਰਕਾਸ਼ ਨਹੀਂ ਹੁੰਦਾ ਗੁਰਦੁਆਰੇ ਸਾਡੇ ਜਿਹੜੇ ਨੇ ਉਹ ਸਕੂਲ ਦੇ ਵਿੱਚ ਇੱਕ ਰੂਮ ਦੇ ਵਿੱਚ ਬਣਾਏ ਜਾਂਦੇ ਨੇ ਉੱਥੋਂ ਲਾਊਡ ਸਪੀਕਰ ਦੇ ਉੱਤੇ ਮਾਈਕ ਦੇ ਥਰੂ ਵਾਕ ਲਿਆ ਜਾਂਦਾ ਹੈ ਔਰ ਮੈਂ ਇਹ ਸਮਝਦਾ ਵਾਂ ਕਿ ਜਿਹੜੀ ਮਰਿਆਦਾ ਅਸੈਂਬਲੀ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਸਾਰੇ ਬੱਚਿਆਂ ਦੇ ਸਿਰ ਢੱਕੇ ਹੋਏ ਹੁੰਦੇ ਨੇ ਸਾਰੇ ਅਦਬ ਦੇ ਵਿੱਚ ਹੱਥ ਜੋੜ ਕੇ ਖੜੇ ਹੁੰਦੇ ਨੇ ਔਰ ਇਹ ਸਾਰੀਆਂ ਚੀਜ਼ਾਂ ਫੋਲੋ ਕੀਤੀਆਂ ਜਾਂਦੀਆਂ ਨੇ ਇਹ ਅੱਜ ਤੋਂ ਨਹੀਂ ਮੈਂ 1965 ਤੋਂ ਮੈਂ ਆਪ ਇਸ ਚੀਜ਼ ਦਾ ਗਵਾਹ ਹਾਂ ਔਰ ਮੈਂ ਆਪ ਇਸੇ ਅਦਬ ਦੇ ਨਾਲ ਇਹ ਅਸੈਂਬਲੀ ਅਟੈਂਡ ਕਰਦਾ ਰਿਹਾ ਸੋ ਇਹ ਮਰਿਆਦਾ ਹਾਂ ਜਦੋਂ ਸਕੂਲਾਂ ਦੇ ਵਿੱਚ ਗੁਰਪੁਰਬ ਮਨਾਏ ਜਾਂਦੇ ਨੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਉਦੋਂ ਸਾਰੇ ਜ਼ਮੀਨ 'ਤੇ ਬੈਠਦੇ ਨੇ ਦਰੀਆਂ ਕਾਰਪੇਟ ਪਿੱਛੇ ਹੁੰਦੇ ਨੇ ਸਿਰ ਢੱਕੇ ਹੁੰਦੇ ਨੇ ਔਰ ਕੀਰਤਨ ਕਰਨ ਵਾਲੇ ਬੱਚੇ ਵੀ ਉਸੇ ਤਰੀਕੇ ਨਾਲ ਬੈਠਦੇ ਨੇ ਜਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਰਾਗੀ ਜਿੱਥੇ ਬੈਠਦੇ ਨੇ